ਅਸਲਾਮ ਵਾਲੇਕੁਮ ਜੀ। ਪਿੰਡੀ ਦੀ ਸੈਰ ਬਹੁਤ ਦਫ਼ਾ ਕਰੀ ਚੁੱਕੇ ਹਾਂ, ਦੱਸਾਂ ਹੈ ਪਿੰਡੀ ਆਏ ਹਾਂ ਅਤੇ ਇੱਕ ਵਾਰੀ ਫਿਰ ਤੁਸੀਂ ਕਿ ਪਿੰਡੀ ਕਰਾਈ ਹੋਈ ਹੈ। ਗੀਗਾ ਮਾਲ ਤੋਂ ਸ਼ੁਰੂ ਹੋਏ ਹਾਂ ਅਸੀਂ, ਤੁਸੀਂ ਅੱਗੇ ਜੋੜ ਲਏ ਹਾਂ ਅਤੇ ਸ਼ਹਿਰ ਵੀ ਫੇਰਨੇ ਹਾਂ ਅਤੇ ਥੋੜ੍ਹੀ ਥੋੜ੍ਹੀ ਜਿਹੜੀਆਂ ਨਵੀਆਂ ਨਵੀਆਂ ਜਗ੍ਹਾ ਬਣੀਆਂ ਹੋਈਆਂ ਦੱਸਾਂ ਆਉਣੀਆਂ, ਉਹ ਵੀ ਤੁਸੀਂ ਦੇਖੋ ਮਜ਼ੇ ਨਾਲ ਜਿੱਥੇ ਵੀ ਬੈਠੇ ਹੋ, ਭਾਵੇਂ ਪਾਕਿਸਤਾਨ ਜਾਂ ਓਵਰਸੀਜ਼ ਪਾਕਿਸਤਾਨੀ ਦੁਨੀਆ ਵਿੱਚ ਜਿੱਥੇ ਵੀ ਹੋ, ਸਾਰਾ ਕੰਮ ਆਪਣਾ ਰੱਖਣਾ ਅਤੇ ਹਰ ਵਕਤ ਤੁਸੀਂ ਮਸਰੂਫ ਰਹਿਣੇ ਹੋ, ਕੰਮ ਕਾਰ ਕਰਨੇ ਹੋ। ਅਸਾਂ ਆਉਣੇ ਹਾਂ ਕਿ ਤੁਸੀਂ ਇਹ ਤੱਕੋ ਕਿ ਅਸਾਂ ਫਿਰਨੇ ਕਿਧਰੇ ਹਾਂ, ਅਸਾਂ ਖਾਣੇ ਪੀਣੇ ਕਿਧਰੇ ਹਾਂ, ਅਸਾਂ ਆਪਣਾ ਜਿਸ ਤਰ੍ਹਾਂ ਦਿਲ ਕਰੇ ਤਾਂ ਉਹ ਕਰਨੇ ਹਾਂ ਬਈ, ਲੇਕਿਨ ਉਹ ਤੁਸਾਂ ਨੇ ਸਿਰਿਆ ਬੋਲ, ਤੁਸੀਂ ਉੱਥੇ ਕਮਾਈ ਜਾਓ, ਇੱਥੇ ਅਸਾਂ ਖਾਈਏ ਅਤੇ ਮਜ਼ੇ ਕਰੀ ਗਏ ਹਾਂ ਅਸਾਂ ਅਤੇ ਤੁਸਾਂ ਕੰਮ ਕਰੀਏ ਚੋ ਮਾਸ਼ਾ ਅੱਲਾਹ। ਅਹਿਬਾਬ, ਜ਼ਿੰਦਗੀ ਨਾ ਹੀ ਸਫ਼ਰ ਨਾ ਹੈ, ਕਿਉਂਕਿ ਸਫ਼ਰ ਤੋਂ ਬਗੈਰ ਕੋਈ ਵੀ ਚੀਜ਼ ਹਾਸਲ ਅਸਾਂ ਨਾ ਕਰੀ ਸਕਣੇ, ਮੰਜ਼ਿਲ ਸਾਰੀ ਸਫ਼ਰ ਤੋਂ ਬਗੈਰ ਉਹ ਕਦੇ ਵੀ ਨਹੀਂ ਮਿਲੀ ਸਕਣੀ। ਆਖਣੇ ਨਾ ਕਿ ਕਿਸੇ ਕੋ ਘਰ ਸੇ ਨਿਕਲਤੇ ਹੀ ਮਿਲ ਗਈ ਮੰਜ਼ਿਲ, ਕੋਈ ਅਮਾਰੀ ਤਰ੍ਹਾਂ ਉਮਰ ਭਰ ਸਫ਼ਰ ਮੈਂ ਰਹਾ, ਯਾਨੀ ਸਫ਼ਰ ਸ਼ਰਤ ਹੈ ਮੰਜ਼ਿਲ ਪਾਉਣੇ ਵਾਸਤੇ। ਉਸ ਸਫ਼ਰ ਮੈਂ ਨੀਂਦ ਐਸੀ ਖੋ ਗਈ, ਹਮ ਨਾ ਸੋਏ ਰਾਤ ਥੱਕ ਕਰ ਸੋ ਗਈ। ਗੀਗਾ ਮਾਲ ਕੋਲੋਂ ਅਸਾਂ ਗੁਜ਼ਰਨੇ ਹਾਂ ਵੀ, ਗੀਗਾ ਮਾਲ ਇਸ ਵਕਤ ਰਾਵਲਪਿੰਡੀ ਇਸਲਾਮਾਬਾਦ ਨੇ ਬਿਹਤਰੀਨ ਕਿਸਮ ਨੇ, ਯਾਨੀ ਗੀਗਾ ਮਾਲ ਬੈਸਟ ਆਫ ਦਾ ਵਨ ਰਾਵਲਪਿੰਡੀ ਇਸਲਾਮਾਬਾਦ ਸ਼ਾਪਿੰਗ ਸੈਂਟਰ, ਇੱਕ ਛੱਤ ਥੱਲੇ ਇੱਥੇ ਤੁਸੀਂ ਤਮਾਮ ਜਿੰਨੇ ਵੀ ਇਹਨੂੰ ਚੀਜ਼ਾਂ ਮਿਲੀ ਸਕਣੀਆਂ। ਔਰ ਉਸ ਤੋਂ ਬਾਅਦ ਫੂਡ ਸਟਰੀਟ ਵੀ ਹੈ, ਬੜੇ ਅੱਛੇ ਇਸਨੇ ਵਿੱਚ ਹਰ ਤਮਾਮ ਖਾਣੇ ਇਸਨੇ ਵਿੱਚ ਮੌਜੂਦ ਹੈ ਜੀ। ਅਤੇ ਸ਼ਹਿਰ ਆਖਣਾ ਜੀ ਕਿ ਮੁਝੇ ਖਬਰ ਥੀ ਮੇਰਾ ਇੰਤਜ਼ਾਰ ਘਰ ਮੇਂ ਰਹਾ, ਯੇ ਹਾਦਸਾ ਥਾ ਕਿ ਮੈਂ ਉਮਰ ਭਰ ਸਫ਼ਰ ਮੇਂ ਰਹਾ। ਖੂਬਸੂਰਤ ਬਿਲਡਿੰਗ ਬੜੀਆਂ ਬੜੀਆਂ ਹੋਈਆਂ, ਲੇਕਿਨ ਦਿਲ ਬੜੇ ਛੋਟੇ ਹੋਈਏ। ਅਸਾਂ ਕੀ ਗੱਲ ਕਰਨੇ ਵਾਸਤੇ ਅਸਾਂ ਕੀ ਹੁਣ ਬੰਦੇ ਲੋੜਨੇ ਪੈਣੇ, ਲੇਕਿਨ ਬੰਦੇ ਅਸਾਂ ਕੀ ਲੱਭਣੇ ਨਹੀਂ ਹੈ। ਇਸ ਵਿੱਚ ਅਸਾਂ ਸਾਰੇ ਸ਼ਾਮਿਲ ਹਾਂ ਜੀ। ਅਤੇ ਆਖਣੇ ਜੀ ਕਿ ਸਫ਼ਰ ਜਿਹੜਾ ਜ਼ਿੰਦਗੀ ਨੇ, ਔਰ ਸਫ਼ਰ ਜ਼ਿੰਦਗੀ ਨਾਲ ਬੜਾ ਕਠਿਨ ਹੈ, ਔਰ ਇਸ ਵਿੱਚ ਆਖਣੇ ਕਿ ਸਫ਼ਰ ਮੈਂ ਧੂਪ ਤੋਂ ਹੋ ਗਈ, ਭਾਵੇਂ ਛਤਰੀ ਡਾਈ ਵੈ ਨਾ ਜੀ, ਸਫ਼ਰ ਮੈਂ ਧੂਪ ਤੋਂ ਹੋ ਗਈ, ਜੋ ਚੱਲ ਸਕੋ ਤੋ ਚਲੋ, ਬੜਾ ਮੁਸ਼ਕਿਲ ਕੰਮ ਹੈ ਚੱਲਣਾ। ਸਭੀ ਹੈ ਭੀੜ ਮੈਂ ਤੁਮ ਵੀ ਨਿਕਲ ਸਕੋ ਤੋ ਚਲੋ, ਯਾਨੀ ਜੇ ਤੂੰ ਨਿਕਲੀ ਸਕੇ ਤਾਂ ਹੀ ਚਲੀ ਸਕਣੇ, ਸੁੱਤਿਓ ਵੋ ਬੈੱਡਾਂ ਪਰ ਗੁਜ਼ਾਰੇ ਨਹੀਂ ਹੋਈ ਸਕਣੇ, ਅਤੇ ਨਾ ਬੰਦੇ ਕੀ ਮੰਜ਼ਿਲਾਂ ਮਿਲੀਆਂ। ਸਫ਼ਰ ਸ਼ੁਰੂ ਹੋ ਸੀ ਤਾਂ ਮੰਜ਼ਿਲ ਦੀ ਤਰਫ ਗਮਜ਼ਨ ਹੋ ਸੋ, ਤਾਂ ਫਿਰ ਪਤਾ ਲੱਗ ਸੀ
ਕਿ ਅਸਾਂ ਮੰਜ਼ਿਲ ਦੀ ਤਰਫ ਜਾਣਾ ਪਏ ਤਾਂ ਅਸਾਂ 76 ਸਾਲ ਹੋਈ ਗਏ ਤਕਰੀਬਨ ਮੰਜ਼ਿਲ ਵਾਲੇ ਪਾਸੇ ਸਫ਼ਰ ਅਸਾਂ ਤਾਂ ਕੀਤਾ ਹੀ ਕੋਈ ਨਾ ਜੀ। ਅਸਾਂ ਆਣਿਆ ਲੱਭੀ ਕੇ ਜਦ ਖਾਈ ਗਈ ਹੈ, ਰਿਸ਼ਵਤ ਲੱਭੇ ਉਹ ਖਾਇਆ, ਫਿਰ ਅਸਾਂ ਕੀ ਜ਼ਕਾਤ ਜਿਹੜੀ ਹੈ ਉਹ ਲੱਭੇ ਤਾਂ ਉਹ ਅਸਾਂ ਖਾਈ ਗਈ ਹੈ, ਉਸਨੇ ਤੋਂ ਇਲਾਵਾ ਹੋਰ ਜਿਤਨੇ ਵੀ ਮਾਮਲਾਤ ਹਨ, ਖੈਰਾਤ ਹੈ ਅਤੇ ਅਸਾਂ ਨੇ ਜਿਤਨੇ ਵੀ ਇਹ ਬੜੇ ਬੜੇ ਲੀਡਰ ਹਨ ਨਾ, ਸਾਰੇ ਹੀ ਖਾਣੇ ਨੇ ਵੀ ਉਹ ਹਕੂਕ ਹੱਕ ਜਿਹੜੀ ਅੱਲਾ ਨੇ ਜ਼ਾਤ ਅਸਾਂ ਵਾਸਤੇ ਰੱਖੇ ਹੋਏ ਨੇ ਜੀ, ਅਸਾਂ ਉਸ ਪਾਸੇ ਨਾ ਜਾਣੇ। ਅਸਾਂ ਆਣੇ ਹਾਂ ਕਿ ਲੰਮੇ ਪਈ ਰਹੀ ਹੈ, ਕੋਈ ਪਤਾ ਨਹੀਂ ਹੈ, ਰਿਸ਼ਵਤ ਵੀ ਘਣੀ ਹੈ ਅਤੇ ਫਿਰ ਕੁਰਬਾਨੀ ਵੀ ਕਰੀ ਛੋੜੀ ਹੈ। ਇਸ ਉਮੀਦ ਉੱਪਰ ਕੁਰਬਾਨੀ ਕਰੀਏ ਕਿ ਅੱਲਾ ਤਾਲਾ ਨੇ ਜ਼ਾਤ ਕਬੂਲ ਕਰੀ ਗਈ ਸੀ। ਕੁਰਬਾਨੀ ਇਸ ਚੀਜ਼ ਦਾ ਨਾਂ ਨਹੀਂ ਹੈ, ਕੁਰਬਾਨੀ ਕਰਨ ਵਾਸਤੇ ਬਹੁਤ ਸਾਰੇ ਕਟਨ ਮਰਹਾਲੇ 'ਚੋਂ ਗੁਜ਼ਰਨਾ ਪੈਣਾ ਹੈ। ਹੱਕ ਹਲਾਲ ਤੁਸਾਂ ਕੋਲ ਅਗਰ ਹੈ ਤਾਂ ਕੁਰਬਾਨੀ ਕਰੀ ਸਕਣੇ, ਅਗਰ ਹੱਕ ਹਲਾਲ ਤੁਸਾਂ ਕੋਲ ਨਹੀਂ ਹੈ ਕੁਰਬਾਨੀ ਨਹੀਂ ਕਰੀ ਸਕਣੇ। ਸਵਾਂ ਵਿੱਚ ਗੁਜ਼ਰਨੇ ਆਵੇ ਜੀ, ਸਵਾਂ ਕੈਂਪ ਕਿਸੇ ਵਕਤ 'ਚ ਮਸ਼ਹੂਰ ਸਾ, ਅਤੇ ਇਸ ਨੇ ਵਿੱਚੋਂ ਗੁਜ਼ਰਨੇ ਬੜਾ ਹੀ ਅਹਿਸਾਸ ਹੋਣਾ ਹੈ ਪਿਆ ਕਿ ਅਗਰ ਸਾਡੇ ਗ੍ਰਾਂ ਇਲਾਕਿਆਂ ਵਿੱਚ ਵੀ ਯੂਨੀਵਰਸਿਟੀ ਨਾ ਦਿਓ, ਪੋਸਟ ਗ੍ਰੈਜੂਏਟ ਕਾਲਜ ਚਾਹੀਦੇ ਹੋ, ਸਾਗੇ ਹਸਪਤਾਲ ਦੀਆਂ ਸਹੂਲਤਾਂ ਚਾਹੀਦੇ ਹੋ, ਤਕਰੀਬਨ 60-70% ਆਬਾਦੀ ਗ੍ਰਾਂ ਹੀ ਹੈ, ਤਾਂ ਜਿਸ ਤਰ੍ਹਾਂ ਸਾਡੇ ਭੈਣਾਂ ਭਰਾ ਸ਼ਹਿਰਾਂ 'ਚ ਵੀ ਤਰਸਨੇ ਪਏ, ਉਹਨਾਂ ਕੋਲ ਵੀ ਕੋਈ ਬੁਨਿਆਦੀ ਸਹੂਲਤਾਂ ਇਤਨੀਆਂ ਕੋਈ ਨਹੀਂ ਹਨ, ਬਸ ਫਸੇ ਹਨ ਕਹਿ ਕਰਨ ਜੀ। ਅਤੇ ਤਾਲੀਮ ਦਾ ਮਿਆਰ ਜਿਹੜਾ ਉਹ ਸਾਡਾ ਇੰਤਹਾਈ ਗਿਰਿਆ ਵਾ ਮਿਆਰ ਹੈ ਜੀ, ਅਤੇ ਤਕੀਕਣੋ ਦੁਨੀਆ ਤਾਲੀਮ ਨੇ ਦਮ ਉੱਪਰ ਕਿੱਥੇ ਕਿੱਥੇ ਚਲੀ ਗਈ ਹੈ ਜੀ। ਅਤੇ ਸਾਡੇ ਕੋਲ ਬੜੇ ਅੱਛੇ ਦਿਮਾਗ ਵੀ ਹੈ, ਸਾਡੇ ਕੋਲ ਬਹੁਤ ਹੀ ਅੱਛੀ ਜਿਹੜੀ ਹੈ ਤਾਕਤ ਵਾਲੀ ਮੈਨ ਪਾਵਰ ਵੀ ਹੈ ਸਾਡੇ ਕੋਲ, ਲੇਕਿਨ ਅਸਾਂ ਉਸਨੇ ਤੋਂ ਫਾਇਦੇ ਨਹੀਂ ਉਠਾਏ। ਅਸਾਂ ਆਖਿਆ ਕਿ ਪਹਿਲੇ ਜਿਸ ਤਰ੍ਹਾਂ ਫੈਕਟਰੀਆਂ ਲੱਗੀਆਂ, ਕਾਰਖਾਨੇ ਲਗੇ, ਮਿੱਲਾਂ ਲੱਗੀਆਂ, ਇਹਨਾਂ ਫਿਰ ਇਹ ਸੋਚਿਆ ਕਿ ਇਸਨੇ ਜੋ ਆਰਾਮ ਤਾਂ ਨਹੀਂ ਖਾਣ ਹੋਣਾ, ਇਸਨੇ ਵਿੱਚ ਤਾਂ ਕੋਈ ਕਿਸੇ ਪਾਸੋਂ ਵੀ ਜਿਸ ਕੀ ਆਖਣੇ ਜੀ ਕਰਪਸ਼ਨ ਉਹ ਨਹੀਂ ਹੋਈ ਸਕਣੀ, ਲਿਹਾਜ਼ਾ ਬਾਹਰ ਜਿਹੜਾ ਨਾ ਉਹ ਕਰੋ ਅਤੇ ਉੱਥੇ ਹੀ ਕਰਪਸ਼ਨ ਹੋਈ ਸਕਣੀ ਬਾਹਰੋਂ ਆਣੋ। ਅੱਛਾ ਹੁਣ ਤੱਕ ਕੋਈ ਦੁਨੀਆ ਨੇ ਬਿਹਤਰੀਨ ਕਿਸਮ ਦਾ ਨਹਿਰੀ ਨਿਜ਼ਾਮ ਪਾਕਿਸਤਾਨ ਵਿੱਚ, ਇਸ ਵਕਤ ਅਸਾਂ ਗੁਜ਼ਰਨੇ ਹਾਂ ਵੀ ਜੀ ਸਵਾਂ ਪੁਲ ਹੈ ਪਰੂੰ ਜੀ, ਨਵਾਂ ਜਿਹੜਾ ਇਹ ਪੁਲ ਬਣਿਆ ਇੱਥੋਂ ਖੱਬੇ ਪਾਸੇ ਆਉਣੇ ਆ, ਬੜਾ ਖੂਬਸੂਰਤ ਇਹ ਸਿਲਸਿਲਾ ਇੱਧਰ ਇਹ ਬਣਾਇਆ ਜਾਣਾ ਹੈ ਪਿਆ, ਔਰ ਇੱਧਰ ਤੋਂ ਮੁਕੰਮਲ ਹੋ ਗਿਆ, ਉੱਧਰੋਂ ਆਉਣ ਵਾਲਾ ਰਹਿਣਾ ਹੈ, ਉੱਧਰ ਵੀ ਕਾਫੀ ਹੱਦ ਤੱਕ ਮੁਕੰਮਲ ਹੋ ਗਿਆ। ਪਾਰ ਸਾਹਮਣੇ ਹਾਈ ਕੋਰਟ ਰਾਵਲ ਲਾਹੌਰ, ਰਾਵਲ ਪਿੰਡੀ ਬੈਂਚ, ਪਾਰ ਫੌਜੀ ਫਾਊਂਡੇਸ਼ਨ ਇੱਧਰ DHA ਖੱਬੇ ਪਾਸੇ, ਅਤੇ ਉਹ ਗੱਲ ਨਿਕਲਿਓ ਕਿੱਧਰ ਚਲੀ, ਖੂਬਸੂਰਤ ਜਗ੍ਹਾ ਬਣਾਈ ਗਈ ਹੈ ਹਾਲੇ, ਇੱਥੇ ਹੋਰ ਵੀ ਚੀਜ਼ਾਂ ਜਿਲ੍ਹਾ ਬਣ ਸਨ ਤਾਂ ਬੜੀ ਖੂਬਸੂਰਤੀ ਉਹ ਸੀ, ਅਤੇ ਅੱਲਾ ਨੇ ਜ਼ਾਤ ਨੇ ਜਿਹੜੀ ਬਣਾਈ ਵੀ ਨੇਚਰ ਹੈ ਉਸਕੀ ਸਾਂਭਣਾ, ਫਿਰ ਉਸਕੀ ਪਾਲਿਸ਼ ਕਰਨਾ, ਫਿਰ ਤਾਂ ਦੁਨੀਆ ਖੂਬਸੂਰਤ ਹੀ ਨੈਚੁਰਲੀ, ਬੂਟਾ ਜੇ ਨਾ ਲਗਾ ਛਿੱਗੀ ਪੱਟੀ ਹੋਣੀ ਹੋ ਕੋਈ ਅਸਾਂ ਹੀ ਨਹੀਂ ਪੁੱਛੀ ਸਕਣਾ, ਹਾਲਾਂਕਿ ਦਰਖਤ ਲਗਾਉਣਾ ਸਦਕਾ ਜਾਰੀਆ ਆ, ਦਰਖਤ ਹੀ ਲਾਈ ਛੋੜੋ ਅਤੇ ਬਸ ਲਾਈ ਛੋੜੋ ਅਤੇ ਸਦਕਾ ਜਾਰੀਆ ਸ਼ੁਰੂ ਹੋਈ ਜਾਣਾ। ਇੱਥੋਂ ਸੱਜੇ ਪਾਸੇ ਜੁੱਸਾਂ ਆਪਣਾ ਅਪਰ ਫੌਜੀ ਫਾਊਂਡੇਸ਼ਨ ਵਾਲੇ ਪਾਸੇ ਅਤੇ ਸਦਰ ਵਾਲੇ ਪਾਸੇ ਅਤੇ ਖੱਬੇ ਪਾਸੇ ਜਨਾਬ DHA ਰਾਵਲ ਪਿੰਡੀ, ਉਸ ਤੋਂ ਇਲਾਵਾ ਬੈਰੀਆ ਟਾਊਨ ਇੱਧਰ, ਇੱਥੇ ਅੱਗੇ ਜਿਹੜਾ ਨਾ ਉਹ ਅੱਡਾ ਹੋਣਾ ਸਾ, ਉਹ ਅੱਡਾ ਖਤਮ ਕਰੀ ਛੋੜਿਆ ਨੇ, ਹੁਣ ਅੱਡਾ ਪਤਾ ਨਹੀਂ ਕੁਦਰ ਗਿਆ, ਇਹ ਅਸਾਂ ਕੀ ਵੀ ਨਹੀਂ ਪਤਾ, ਲੇਕਿਨ ਕਿ ਜਗ੍ਹਾ ਬੜੀ ਇੱਥੇ ਖੁੱਲ੍ਹੀ ਹੋਏਗੀ ਜੀ, ਸਫ਼ਰ ਤੁਸਾਂ ਨੇ ਨਾ ਸੈਲ ਕਰੀ ਛੋੜਿਆ ਜੀ। ਆਖਣੇ ਨਾ ਜੀ ਕਿ ਨਾ ਮੰਜ਼ਿਲੋਂ ਕੋ ਨਾ ਹਮ ਰਾਹ ਗੁਜ਼ਰ ਕੋ ਦੇਖਤੇ ਹੈ, ਨਾ ਮੰਜ਼ਿਲੋਂ ਕੋ ਨਾ ਹਮ ਰਾਹ ਗੁਜ਼ਰ ਕੋ ਦੇਖਤੇ ਹੈ, ਅਜਬ ਸਫ਼ਰ ਹੈ ਕਿ ਬਸ ਹਮ ਸਫ਼ਰ ਕੋ ਦੇਖਤੇ ਹੈ, ਹਮ ਸਫ਼ਰ ਕੀ ਅਸਾਂ ਤੱਕਣੇ ਹਨ ਜੀ।
ਅਤੇ ਇੱਥੇ ਅੱਡਾ ਹੋਣਾ ਹੋਣਾ ਸਰ ਜੀ ਕਮਾਲ ਵਾਸਤੇ ਜੀ, ਇਹ ਵੈਗਨ ਅੱਡਾ ਸਵਾਂ ਅਤੇ ਇਹ ਪਾਰ ਸਾਹਮਣੇ ਦਾਈ ਸਾਈਡ ਪ੍ਰੋਪਰ ਬੜਾ ਅੱਛਾ ਇਹਨਾਂ ਗੁੰਬਦ ਬਣਾਇਆ ਜੀ, ਗੁੰਬਦ ਖਜ਼ਰਾ ਨੇ ਮੁਤਾਬਕਤ ਨਾਲ ਇਹਨਾਂ ਬਣਾਇਆ, ਬੜੇ ਜ਼ੌਕ ਅਤੇ ਸ਼ੌਕ ਨਾਲ ਇਹ ਦਰਸ ਮੇਰਾ ਹੈ ਮਦਰਸਾ ਹੈ ਉਹ ਬਣਾਇਆ ਗਿਆ ਜੀ। ਤਾਂ ਇਹ ਹੈ ਜੀ ਜਿਹੜੀ ਜਗ੍ਹਾ ਹੋਣੀਆਂ ਨਾ ਜੀ, ਅਤੇ ਬੜੀਆਂ ਖੂਬਸੂਰਤ ਹੀ ਹੈ ਜੀ ਜਗ੍ਹਾ ਹੋਣੀਆਂ ਜੀ। ਇਹ ਫੌਜੀ ਫਾਊਂਡੇਸ਼ਨ ਕੋਲ ਪਲਾਜ਼ਾ ਹੈ ਜੀ, ਅਤੇ ਕਿਸੇ ਜ਼ਮਾਨੇ ਜਿਸਨੇ ਫੋਟੋ ਜਿਹੜਾ ਉਹ ਅਬਦੁਲ ਰਜ਼ਾਕ ਜਿਹੜੇ ਸਾਡੇ ਖਿਲਾੜੀ ਹੈ ਉਹਨਾਂ ਨਾਲ ਪਿਆ ਆਉਣਾ ਹੋਣਾ ਸਾ। ਅਤੇ ਆਖਣੇ ਜੀ ਕਿ ਸਫ਼ਰ ਮੈਂ ਐਸੇ ਕਈ ਮਰਾਲ ਵੀ ਆਤੇ ਹੈ, ਹਰ ਇੱਕ ਮੋੜ ਪੇ ਕੁਛ ਲੋਕ ਛੂਟ ਜਾਂਦੇ ਹਨ। ਜਿਹੜੇ ਪਿਆਰੇ ਹੋਣੇ ਨਾ, ਜਿਹੜੇ ਚੰਗੇ ਹੋਣੇ, ਜਿਹੜੇ ਮੁਹੱਬਤ ਕਰਨ ਵਾਲੇ ਹੋਣੇ, ਜਿਹੜੇ ਇਸ਼ਕ ਕਰਨ ਵਾਲੇ ਹੋਣੇ, ਅਦਬ ਕਰਨ ਵਾਲੇ ਹੋਣੇ, ਇਤਰਾਮ ਕਰਨ ਵਾਲੇ ਹੋਣੇ, ਉਹ ਲੋਕ ਵਿਛੜੀ ਜਾਣੇ ਤਾਂ ਇਸ ਲਈ ਸਾਂ ਫੌਜੀ ਫਾਊਂਡੇਸ਼ਨ ਕੋਲੋਂ ਗੁਜ਼ਰਨੇ ਹਾਂ। ਕਿ ਅੱਗੇ ਫਿਰ ਸ਼ਫਾ ਇੰਟਰਨੈਸ਼ਨਲ ਆਈ ਹਸਪਿਟਲ ਹੈ ਜੀ, ਸ਼ਫਾ ਟਰੱਸਟ ਆਈ ਹਸਪਿਟਲ ਇੱਥੋਂ ਹੈ ਸੱਜੇ ਪਾਸੇ। ਇਸ ਜਗ੍ਹਾ ਪਰ ਅੱਗੇ ਪਹਿਲੇ ਕਾਫੀ ਅਰਸਾ ਇਸਨੇ ਪਰ ਲਗਾ ਰਿਹਾ ਹੈ, ਆਪਣਾ ਟੋਲ ਪਲਾਜ਼ਾ ਵੀ ਆਉਣਾ ਸੀ, ਚੈਕਿੰਗ ਵੀ ਆਉਣੀ ਸੀ ਇੱਥੇ। ਅਤੇ ਸਫ਼ਰ ਜਿਹੜਾ ਬੰਦਾ ਸਫ਼ਰ ਖਾਲੀ ਇਹ ਨਹੀਂ ਹੈ ਕਿ ਅਸੀਂ ਸਫ਼ਰ ਕਰੀਏ ਸਿਰਫ ਗੱਡੀ ਪਰ ਪਈ, ਅਤੇ ਸਫ਼ਰ ਇਹ ਨਹੀਂ ਹੈ, ਜ਼ਿੰਦਗੀ ਨਾਲ ਸਫ਼ਰ ਹੈ ਇਹ ਜਨਾਬ। ਕੋਈ ਨਵਾਂ ਇੱਥੇ ਕਟਾ ਖੋਲ੍ਹਣੇ ਹਨ ਵੀ ਇਹ ਲਗਾ ਰਹਿਣਾ, ਸ਼ਹਿਰਾਂ ਵਿੱਚ ਇਹ ਗੱਲ ਹੋਣੀ ਰਹਿਣੀ ਹੈ ਜਨਾਬ। ਅਤੇ ਜਿਹੜੇ ਖਾਮੋਸ਼ੀ ਵੀ ਹੈ ਨਾ ਜੀ, ਬੜਾ ਡਰ ਲੱਗਦਾ।